ਮਾਰਤਾ ਜੀ, ਹੁਣ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ। ਮੇਰੀ ਮੰਮੀ ਨੂੰ ਮਾਰ ਦਿੱਤਾ ਜੀ, ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਆਪਣੀ ਮਾਂ ਦੇ ਕਾਤਲਾਂ ਲਈ ਫਾਂਸੀ ਦੀ ਸਜ਼ਾ ਮੰਗ ਰਹੀਆਂ ਇਹ ਬੱਚੀਆਂ ਅਸਲ 'ਚ ਆਪਣੇ ਹੀ ਪਿਤਾ ਲਈ ਫਾਂਸੀ ਦੀ ਸਜ਼ਾ ਮੰਗ ਰਹੀਆਂ ਨੇ, ਜਿਸ ਨੇ ਨਜਾਇਜ਼ ਸਬੰਧਾਂ ਕਾਰਨ ਆਪਣੀ ਘਰਵਾਲੀ ਦੇ ਸਿਰ 'ਚ ਬਾਲਾ ਅਤੇ ਇੱਟਾਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਅਤੇ ਆਪਣੇ ਹੀ ਪੁੱਤਰ ਨੂੰ ਗੰਭੀਰ ਜ਼ਖਮੀ ਕਰਕੇ ਉੱਥੋਂ ਰਫੂ ਚੱਕਰ ਹੋ ਗਿਆ। ਮਾਮਲਾ ਬਰਨਾਲਾ ਦੇ ਪਿੰਡ ਉਗੋਕੇ ਦਾ, ਜਿੱਥੇ ਇਹਨਾਂ ਬੱਚੀਆਂ ਦਾ ਪਿਤਾ ਨਜਾਇਜ਼ ਸਬੰਧਾਂ 'ਚ ਅਜਿਹਾ ਉਲਝਿਆ ਕਿ ਉਸਨੇ ਆਪਣੇ ਹੀ ਘਰ ਨੂੰ ਲਾਂਬੂ ਲਾ ਲਿਆ। ਹਾਲਾਂਕਿ ਪੁਲਿਸ ਨੇ ਇਹਨਾਂ ਬੱਚੀਆਂ ਦੇ ਕਾਤਲ ਪਿਓ ਨੂੰ ਗ੍ਰਿਫਤਾਰ ਤਾਂ ਕਰ ਲਿਆ, ਪਰ ਹਾਲੇ ਵੀ ਕਤਲ 'ਚ ਸ਼ਾਮਿਲ ਇਹਨਾਂ ਦੇ ਪਿਓ ਦੀ ਮਾਸ਼ੂਕਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਇਹਨਾਂ ਛੋਟੀਆਂ ਬੱਚੀਆਂ ਨੂੰ ਡਰ ਹੈ ਕਿ ਕਿਤੇ ਇਹਨਾਂ ਦਾ ਪਿਤਾ ਹੁਣ ਇਹਨਾਂ ਦਾ ਵੀ ਕਤਲ ਨਾ ਕਰ ਦੇਵੇ। ਮੇਰੀ ਮੰਮੀ ਨੇ ਮਾਰਤਾ ਜੀ, ਹੁਣ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਜੀ। ਐਂ ਨਹੀਂ ਪਤਾ ਜੀ ਉੱਧਰੋਂ ਆ ਕੇ ਜੀ ਸਾਨੂੰ ਮਾਰਦੇ, ਕੋਈ ਪਤਾ ਹੀ ਨਹੀਂ ਗਾ ਜੀ ਉਹਨਾਂ ਦਾ ਵੀ। ਜਨਾਨੀ ਪਿੱਛੇ ਲੱਗ ਕੇ ਜੀ ਪਹਿਲਾਂ ਤਾਂ ਮੇਰੀ ਮੰਮੀ ਦੇ ਜੀ ਉਹਨੇ ਬਾਲਾ ਮਾਰਿਆ, ਬਾਅਦ 'ਚ ਉਹਨੇ ਭੱਠੀ ਕੋਲੋਂ ਇੱਟਾਂ ਚੱਕ ਕੇ ਲਿਆ ਕੇ ਉਹ ਮੇਰੀ ਮੰਮੀ ਦੇ ਨਾਲੇ ਸਿਰ 'ਤੇ ਮਾਰੀ, ਨਾਲੇ ਇਹਨਾਂ ਢਿੱਡ 'ਚ ਮਾਰੀ ਉਹਨੇ। ਬਾਅਦ 'ਚ ਹੈ ਨਾ ਹਸਪਤਾਲ ਉੱਥੇ ਮੇਰੇ ਭਾਈ ਨੂੰ ਹੈ ਨਾ ਗਲ ਗੁੱਠਾ ਦੇ ਲਿਆ ਸੀ ਜੀ। ਜਿਹੜਾ ਧਰਨਾ ਲਾਇਆ, ਕਿਉਂ ਲਾਇਆ ਤੁਸੀਂ ਇਹ? ਅਸੀਂ ਇਹ ਆਪਦੀ ਮੰਮੀ ਦੇ ਕਾਰਨ ਹੀ ਲਾਇਆ ਵੀ ਜੇ ਨਾ ਜਿਹੜੇ ਦੋਨੇ ਕਾਤਲ ਆ ਜੀ ਉਹਨਾਂ ਨੂੰ ਨਾਲੇ ਫੜਿਆ ਜਾਵੇ, ਨਾਲੇ ਜੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਜਾਵੇ। ਉੱਧਰ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਪੁਲਿਸ ਦੋਸ਼ੀ ਔਰਤ ਨੂੰ ਫੜਨ ਦੀ ਬਜਾਏ ਇੱਧਰ ਉੱਧਰ ਦੀਆਂ ਮਾਰ ਕੇ ਟਾਈਮ ਟਪਾ ਰਹੀ ਹੈ। 6 ਤਰੀਕ ਦੀ ਰਾਤ ਨੂੰ ਮੇਰੇ ਪਿੰਡ ਖੁੱਡੀ ਕਲਾਂ ਦੀ ਲੜਕੀ ਜਿਹੜੀ ਪਿੰਡ ਉਗੋ ਕੇ ਵਿਆਹੀ ਹੋਈ ਸੀ, 20-22 ਸਾਲ ਪਹਿਲਾਂ ਉਹਦੀ ਸ਼ਾਦੀ ਹੋਈ ਔਰ ਗਰੀਬ ਪਰਿਵਾਰ ਨੇ ਆਪਣੀ ਸਮਰੱਥਾ ਅਨੁਸਾਰ ਬਹੁਤ ਵਧੀਆ ਸ਼ਾਦੀ ਕੀਤੀ। ਉਹਦੇ 2 ਬੱਚੇ ਪੈਦਾ ਹੋਏ, 3, ਇੱਕ ਲੜਕੀ ਜਿਹੜੀ ਅਪੰਗ ਹੈ ਅੱਜ ਵੀ ਵੀਲਚੇਅਰ 'ਤੇ ਹੈ, ਅਤੇ ਉਹਦੇ ਪਤੀ ਨੇ ਕਿਸੇ ਹੋਰ ਔਰਤ ਨਾਲ ਨਜਾਇਜ਼ ਸੰਬੰਧ ਹੋਣ ਕਰਕੇ ਪਹਿਲਾਂ ਉਹਨਾਂ ਨੂੰ ਘਰੋਂ ਬਾਹਰ ਕਰੀ ਰੱਖਿਆ, ਲੇਕਿਨ ਲੋਕਾਂ ਦੇ ਸਹਿਯੋਗ ਨੇ ਪਿੰਡ ਨੇ ਉਹਨਾਂ ਨੂੰ ਘਰ 'ਚ ਬਹਿਣ ਲਈ ਬੈਠਣ ਲਈ ਜਗ੍ਹਾ ਦਿੱਤੀ। ਉਹ ਬੱਚੇ ਪਾਲ ਰਹੀ ਸੀ, ਉਹ ਲੜਕੀ ਅੱਜ ਵੀ ਨਰੇਗਾ 'ਚ ਮਜ਼ਦੂਰੀ ਕਰਕੇ ਔਰ ਸ਼ਾਮ ਨੂੰ ਆਪਣੀ ਭੱਠੀ 'ਚ ਲਾ ਕੇ ਦਾਣੇ ਭੁੰਨ ਕੇ ਆਪਣਾ ਰੁਜ਼ਗਾਰ ਕਮਾ ਕੇ ਆਪਣੀ ਰੋਟੀ ਖਾ ਰਹੀ ਸੀ। ਲੇਕਿਨ ਉਸ ਪਰਾਈ ਔਰਤ ਦੇ ਨਾਲ ਲੱਗ ਕੇ ਸ਼ਾਮ ਨੂੰ ਤਕਰੀਬਨ 7:30-8 ਵਜੇ ਉਹਦੇ ਸਿਰ 'ਚ ਬਾਲਾ ਮਾਰ ਕੇ ਉਹਨੂੰ ਮਾਰ ਦਿੱਤਾ ਅਤੇ ਨਾਲ ਆਪਣੇ ਬੇਟੇ ਨੂੰ ਵੀ ਫੱਟੜ ਕਰ ਦਿੱਤਾ, ਉਹਦੇ ਵੀ ਟਾਂਕੇ ਲੱਗੇ ਨੇ। ਉਹਦੀ ਮੌਤ ਤੋਂ ਬਾਅਦ ਭਾਵੇਂ ਉਹ ਬੰਦਾ ਸਰਕਾਰੀ ਤੌਰ 'ਤੇ ਹਜੇ ਕਾਗਜ਼ਾਂ 'ਚ ਗ੍ਰਿਫਤਾਰ ਨਹੀਂ ਕੀਤਾ, ਉਹ ਗ੍ਰਿਫਤਾਰ ਸਾਨੂੰ ਪਤਾ ਲੱਗਿਆ ਵੀ ਉਹ ਗੱਲਾਂ ਗ੍ਰਿਫਤਾਰ ਹੋਇਆ, ਬਾਕੀ ਜਿਹੜੀ ਔਰਤ ਆ ਜਿਹੜੀ ਪਰਚੇ ਦੇ ਵਿੱਚ ਆ ਉਹਨੂੰ ਅਜੇ ਤੱਕ ਕੋਈ ਗ੍ਰਿਫਤਾਰੀ ਉਹਦੀ ਨਹੀਂ ਹੋਈ। ਇਹ ਸਾਰਾ ਇਲਾਕਾ, ਇਕੱਲਾ ਉਗੋ ਪਿੰਡ ਨਹੀਂ ਜਾਂ ਖੁੱਡੀ ਪਿੰਡ ਨਹੀਂ, ਸਾਰੇ ਇਲਾਕੇ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਔਰ ਸਾਰੇ ਲੋਕ ਸ਼ਾਂਤਮਈ ਢੰਗ ਦੇ ਨਾਲ ਇਹ ਚਾਹੁੰਦੇ ਨੇ ਕਿ ਉਹਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਉਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ। ਇਹ ਸਾਡੀ ਮੰਗ ਆ ਅੱਜ ਦੇ ਧਰਨੇ 'ਚ ਨੈਸ਼ਨਲ ਵੇ ਹਾਈ 'ਤੇ। ਸਾਡਾ ਕੋਈ ਸ਼ੌਂਕ ਨਹੀਂ ਕਿ ਅਸੀਂ ਧਰਨਾ ਲਾਉਣਾ, ਇੱਥੇ ਕੋਈ ਸ਼ੌਂਕ ਆ ਸਾਡਾ, ਇਹ ਸਾਡੀ ਮਜਬੂਰੀ ਬਣ ਗਈ। ਅਸੀਂ ਧੁੱਪ ਦੀ ਧੁੱਪ 'ਚ ਇੱਥੇ ਬੈਠੇ ਹਾਂ, ਧੱਤੀ ਧਰਤੀ 'ਤੇ ਬੈਠੇ ਹਾਂ ਕਿ ਇਨਸਾਫ ਮਿਲੇ ਉਸ ਪਰਿਵਾਰ ਨੂੰ ਔਰ ਉਸ ਲੜਕੀ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਤੁਰੰਤ ਲੋਕਾਂ ਨੂੰ ਜਿਹੜਾ ਇਹ ਦੱਸਿਆ ਜਾਵੇ ਕਿ ਉਹ ਗ੍ਰਿਫਤਾਰ ਕਰ ਲਏ ਗਏ ਨੇ। ਜਿੰਨਾ ਚਿਰ ਉਹ ਕਾਤਲ ਗ੍ਰਿਫਤਾਰ ਨਹੀਂ ਹੁੰਦੇ, ਇਹ ਧਰਨਾ ਦਿਨ ਰਾਤ ਐਸੇ ਤਰ੍ਹਾਂ ਹੀ ਚੱਲਦਾ ਰਹੂਗਾ। ਇੱਥੇ ਹੀ ਲੰਗੜਾਂ ਦਾ ਪ੍ਰਬੰਧ ਕੀਤਾ ਜਾਊ, ਇੱਥੇ ਹੀ ਚਾਹ ਪਾਣੀ ਦਾ ਪ੍ਰਬੰਧ ਕੀਤਾ ਜਾਊ। ਔਰ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਹੋਰ ਵੀ ਬੇਨਤੀ ਕਰਦੇ ਹਾਂ ਵੀ ਉਹ ਆਪਣਾ ਕੰਮਕਾਜ ਛੱਡ ਕੇ ਇਸ ਧਰਨੇ 'ਚ ਸ਼ਾਮਲ ਹੋਣ ਲਈ ਪਹੁੰਚ ਰਹੀਆਂ ਨੇ। ਜਦਕਿ ਪੁਲਿਸ ਪਾਰਟੀ ਦਾ ਦਾਅਵਾ ਹੈ ਕਿ ਉਹਨਾਂ ਨੇ ਕਾਤਲ ਪਤੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਦੋਸ਼ੀ ਔਰਤ ਨੂੰ ਫੜਨ ਲਈ ਲਗਾਤਾਰ ਟੀਮਾਂ ਯਤਨਸ਼ੀਲ ਕੀਤੀਆਂ ਨੇ।
ਮਸਲਾ ਸਾਈਬਰ ਸਿੰਘ ਹੈ ਇੱਕ, ਉਹਨੇ ਆਪਣੇ ਘਰ ਆਈ ਡੀ ਸਿਰ 'ਚ ਬਾਲਾ ਮਾਰ ਕੇ ਉਹਦਾ ਕਤਲ ਕਰਤਾ ਸੀਗਾ 5 ਤਰੀਕ ਨੂੰ। ਉੱਦਣ ਹੀ ਰਾਤ ਨੂੰ ਪਰਚਾ ਦਰਜ ਰਜਿਸਟਰਡ ਹੋ ਗਿਆ ਸੀਗਾ ਅਤੇ ਸਾਈਬਰ ਸਿੰਘ ਨੂੰ ਜਿਹੜਾ ਕੱਲ੍ਹ ਆਇਆ ਉਹਨੂੰ ਮੁਕਦਮੇ 'ਚ ਅਰੈਸਟ ਕਰ ਲਿਆ ਅਤੇ ਉਹ ਪੁਲਿਸ ਰਿਮਾਂਡ ਦੇ ਵਿੱਚ ਹੈ ਅਤੇ ਅਗਲੀ ਤਫਤੀਸ਼ ਜਾਰੀ ਹੈ ਜੀ। ਉਹਦੇ ਨਾਲ ਇੱਕ ਰਣਜੀਤ ਕੌਰ ਹੈ ਜਿਹੜੀ ਦੋਸ਼ੀ ਦਾ ਮੁਕਦਮੇ ਦੇ ਵਿੱਚ, ਉਹ ਅਜੇ ਭੱਜੀ ਹੋਈ ਹੈ, ਉਹਨੂੰ ਅਰੈਸਟ ਕਰਨਾ ਬਾਕੀ ਹੈ। ਅਤੇ ਲੋਕਾਂ ਦੀ ਮੰਗ ਹੈ ਵੀ ਉਹਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਤੇ ਪੁਲਿਸ ਉਹਦੇ ਪਿੱਛੇ ਲੱਗੀ ਹੋਈ ਹੈ, ਸੋਰਸ ਲਾਏ ਹੋਏ ਨੇ ਅਤੇ ਉਹਦੀਆਂ ਰਿਸ਼ਤੇਦਾਰੀਆਂ ਵਿੱਚ ਛਾਪੇਮਾਰੀ ਕਰੀ ਜਾਂਦੀ ਹੈ ਅਤੇ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਊਗਾ। ਇੱਕ ਜਿਹੜਾ ਪੁਲਿਸ ਦੇ ਦੋਸ਼ ਲਾ ਰਿਹਾ ਜੀ ਲੋਕ ਵੀ ਪੁਲਿਸ ਜਾਣਦੀ ਹੈ ਵੀ ਕਿੱਥੇ ਬੈਠੇ, ਜਾਣ ਕੇ ਉਹਨੂੰ ਅਰੈਸਟ ਨਹੀਂ ਕੀਤਾ, ਨਹੀਂ ਨਹੀਂ ਕਿੰਨੀ ਕੁ ਸੱਚਾਈ ਹੈ ਗੱਲਾਂ? ਬਿਲਕੁਲ ਗਲਤ ਹੈ, ਝੂਠੇ ਨੇ, ਇਹ ਕੋਈ ਗੱਲ ਨਹੀਂ ਹੈ। ਪੁਲਿਸ ਨੂੰ ਪਤਾ ਹੋਇਆ ਪੁਲਿਸ ਅਰੈਸਟ ਨਾ ਕਰੇ, ਪੁਲਿਸ ਉਹਦੇ ਰਿਸ਼ਤੇਦਾਰੀਆਂ ਦੇ ਵਿੱਚ ਛਾਪੇਮਾਰੀ ਕਰ ਰਹੀ, ਜਿੱਥੇ ਵੀ ਮਿਲ ਗਈ ਉਹਨੂੰ ਅਰੈਸਟ ਕੀਤਾ ਜਾਊਗਾ। ਕਹਿੰਦੇ ਰਹੇ ਕਿ ਰੱਬ ਜਦੋਂ ਵੀ ਮਾਰਦਾ ਬੰਦੇ ਦੀ ਮੱਤ ਮਾਰਦਾ, ਸ਼ਾਇਦ ਇਹਨਾਂ ਬੱਚਿਆਂ ਦੇ ਪਿਤਾ ਦੀ ਮੱਤ ਹੀ ਮਾਰੀ ਗਈ ਸੀ ਜਿਸ ਨੇ ਆਪਣੇ ਹੱਸਦੇ ਵੱਸਦੇ ਘਰ ਨੂੰ ਉਜਾੜ ਕੇ ਰੱਖ ਦਿੱਤਾ, ਬੱਚਿਆਂ ਤੋਂ ਉਹਨਾਂ ਦੀ ਮਾਂ ਖੋ ਲਈ ਅਤੇ ਹੁਣ ਆਪ ਸਾਰੀ ਉਮਰ ਜੇਲ੍ਹ ਦੀ ਚੱਕੀ ਪੀਸੇਗਾ। ਪਧੌੜ ਤੋਂ ਸਾਹਿਬ ਸੰਧੂ, ਪੰਜਾਬੀ ਲੋਕ ਚੈਨਲ।